ਸ਼ਹਿਬਾਜ਼ ਸ਼ਰੀਫ ਕੁਲਸੂਮ ਨਵਾਜ਼ ਦੀ ਮਾਇਤ ਗਿਣ ਤੇ ਅੱਜ ਰਾਤ ਲੰਡਨ ਤੋਂ ਵਤਨ ਵਾਪਸ ਰਵਾਨਾ ਦੇ ਸਨ। ਸ਼ਰੀਫ ਖਾਨਦਾਨ ਦੇ ਬੇ 12 ਬੰਦੇ ਵੀ ਨਾਲ ਹੋਸਨ। ਹੁਸੈਨ ਨਵਾਜ਼ ਤੇ ਹਸਨ ਨਵਾਜ਼ ਪਾਕਿਸਤਾਨ ਕਨਾਸਨ। ਸ਼ਹਿਬਾਜ਼ ਸ਼ਰੀਫ ਅੱਜ ਲੰਡਨ 'ਚ ਬੇਗਮ ਕੁਲਸੂਮ ਨਵਾਜ਼ ਦੇ ਨਮਾਜ਼ ਜਨਾਜ਼ਾ ਸ਼ਿਰਕਤ ਕਰਸਨ। ਪਾਕਿਸਤਾਨ 'ਚ ਨਮਾਜ਼ ਜਨਾਜ਼ਾ ਜੁਮੇ ਦੀ ਸ਼ਾਮ 5 ਵਜੇ ਸ਼ਰੀਫ ਮੈਡੀਕਲ ਸਿਟੀ 'ਤੇ ਸੀ। ਤਦਫੀਨ ਜਾਤੀ ਅਮਰਾਜ ਮੀਆਂ ਮੁਹੰਮਦ ਸ਼ਰੀਫ ਦੇ ਪਹਿਲੂ 'ਚ ਕੀਤੀ ਗਈ ਸੀ। ਲੰਦਨ ਸ਼ਹਿਬਾਜ਼ ਸ਼ਰੀਫ ਐਵਨ ਫੀਲਡ ਹਾਊਸ 'ਚ ਨਵਾਜ਼ ਸ਼ਰੀਫ ਦੇ ਸਾਹਿਬਜ਼ਾਦੇ ਹੁਸੈਨ ਨਵਾਜ਼ ਤੇ ਹਸਨ ਨਵਾਜ਼ ਨਾਲ ਤਾਜ਼ਰ ਕੀਤੀ। ਰਿਕਤ ਆਮੇਜ਼ ਮਨਾਜ਼ਰ ਹੁਸੈਨ ਨਵਾਜ਼ ਜਜ਼ਬਾਤ ਤੇ ਕਾਬੂ ਨਾ ਰੱਖ ਸਕੇ ਤੇ ਚਾਚੇ ਦੀ ਗਿੱਚੀ ਲੱਗਦੇ ਰੋ ਪਏ। ਹਕੂਮਤ ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਦੀ ਪੈਰੋਲ ਤੇ ਰਿਹਾਈ 'ਚ 5 ਦਿਨ ਦੀ ਤੋਸੀਅ ਕਰਤੀ। ਮਹਿਕਮੇ ਦਾਖਲਾ ਪੰਜਾਬ ਦੀ ਸਮਰੀ ਤੇ ਵਜ਼ੀਰ ਆਲਾ ਦਸਤਖਤ ਕਰਦੇ। ਕੁਲਸੂਮ ਨਵਾਜ਼ ਦੀ ਵਫਾਤ ਤੇ ਹਕੂਮਤ ਦਾ ਵੱਡਾ ਫੈਸਲਾ। ਇਮਰਾਨ ਖਾਨ ਦੀ ਸਿਫਾਰਿਸ਼ ਤੇ ਪਾਰਲੀਮੈਂਟ ਦਾ ਮੁਸ਼ਤਰਕਾ ਇਜਲਾਸ 2 ਡੀਕੇ ਤੇ ਮੁਅੱਖਰ। ਇਜਲਾਸ ਮੁਅੱਖਰ ਕਰਨ ਦਾ ਫੈਸਲਾ ਕੁਲਸੂਮ ਨਵਾਜ਼ ਦੀ ਆਖਰੀ ਰਸੂਮਾਤ ਦੇ ਪੇਸ਼ ਨਜ਼ਰ ਕੀਤਾ ਗਿਆ। ਪਾਰਲੀਮੈਂਟ ਦੇ ਮੁਸ਼ਤਰਕਾ ਇਜਲਾਸ ਤੋਂ ਸਦਰ ਆਰਿਫ ਅਲਵੀ ਖਿਤਾਬ ਕਰਨਾ ਹਾ।